एक नौजवान का बड़ी बेरहमी के नाल कही दे नाल कतल किया गया है। कही नाल बार करके नौजवान का सिर कुचल दिता, उसकी जान ले ली गई है। आए दिन वारदातों की खबर सामने आउंदी रहिंदियां ने, कितने कतल की कितने फायरिंग की। ताज़ा मामला मोगा तो सामने आया है, जिथे नौजवान का कतल होया, ते वो भी इन्ने बुरे तरीके दे नाल जिसनू देख के रूह कंब जावे। खेतां च खून नाल लथपथ पई है लाश दे कोल देख रही है कही, जिस दे नाल वारदात नू अंजाम दिता गया। तस्वीरां मोगे ते धर्मकोट दीआं ने, जिथे नौजवान का बेरहमी दे नाल कतल किया गया। लाश नू देख अंदाजा लाया जा सकता है कि कही दे नाल सिर ते वार किए गए ने। जानकारी मुताबिक मृतक नौजवान दिमागी तौर पर परेशान दसिया जा रहा है, ते शाम नू ਉਹ ਖੇਤਾਂ ਦੇ ਵਿੱਚ ਗੇੜਾ ਲਾਉਣ ਗਿਆ ਸੀ, ਪਰ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਤਾਂ ਉਸ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੇ ਸਿਰ ਦੇ ਕਹੀ ਦੇ ਨਾਲ ਕੀਤੇ ਹੋਏ ਵਾਰ ਦੇ ਨਿਸ਼ਾਨ ਨੇ। ਸਿਰ ਪੂਰੀ ਤਰੀਕੇ ਦੇ ਨਾਲ ਕੁਚਲਿਆ ਹੋਇਆ ਹੈ ਅਤੇ ਉਂਗਲਾਂ ਵੀ ਵੱਡੀਆਂ ਹੋਈਆਂ ਨੇ। ਜੀ ਹਾਂ, ਵਾਰ ਕਰਨ ਵਾਲਾ ਸ਼ਖਸ ਉਸ ਦੀਆਂ ਉਂਗਲਾਂ ਵੀ ਵੱਢ ਕੇ ਲੈ ਗਿਆ। ਹੁਣ ਇਸ ਕਤਲ ਪਿੱਛੇ ਕੀ ਕਾਰਨ ਹੈ, ਕਿਉਂਕਿ ਮ੍ਰਿਤਕ ਦੇ ਭਰਾ ਦਾ ਇਹ ਕਹਿਣਾ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਤਾਂ 31 ਸਾਲਾਂ ਦਾ ਕੁਲਦੀਪ ਸਿੰਘ, ਜੋ ਕਿ ਭਿੰਡਰ ਕਲਾਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨ ਗਿਆ ਸੀ ਪਰ ਵਾਪਸ ਨਹੀਂ ਆਇਆ। ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੇ ਕਤਲ ਦੀ ਵਜ੍ਹਾ ਕੀ ਹੈ, ਇਹ ਪੁਲਿਸ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ। ਤਾਂ ਕਹੀ ਦੇ ਨਾਲ ਇੱਕ ਨੌਜਵਾਨ ਨੂੰ ਵੱਢਿਆ ਗਿਆ ਹੈ, ਤਸਵੀਰਾਂ ਆ ਰਹੀਆਂ ਨੇ ਮੋਗਾ ਦੇ ਧਰਮਕੋਟ ਤੋਂ ਸਾਹਮਣੇ। ਭਰਾ ਮੇਰਾ ਜੀ ਕੱਲ੍ਹ ਨਾ ਸ਼ਾਮ ਨੂੰ 5:30 ਕਰੀਬ ਉਹ ਘਰੋਂ ਗਿਆ ਵਾ, ਮੰਮੀ ਨੂੰ ਕਹਿੰਦਾ ਮੈਂ ਖੇਤ ਚੱਲਿਆ ਘਰ ਵਾਲੀ ਮੋਟਰ 'ਤੇ, ਮੰਮੀ ਕਹਿੰਦੀ ਚੱਲ ਜਾ ਬੜਾ ਅੱਗੇ ਵੀ ਜਾਂਦਾ ਸੀ, ਅਤੇ ਮੈਂ ਕਪਾਲ ਮੋਚਣੇ ਗਿਆ ਸੀ। ਅੱਜ ਮੈਂ ਆਇਆ 6:30 ਦੇ ਕਰੀਬ ਆਇਆ, ਅਤੇ ਮੈਂ ਆ ਕੇ ਮੰਮੀ ਨੂੰ ਪੁੱਛਿਆ, ਮੈਂ ਕਿਹਾ ਲਾਡੀ ਕਿੱਥੇ, ਕਹਿੰਦੀ ਖੇਤ ਗਿਆ। ਮੈਂ ਕਿਹਾ ਚੱਲ ਠੀਕ ਆ ਵੀ ਆ ਜੂਗਾ ਅੱਗੇ ਵੀ ਜਾਂਦਾ। ਜਦੋਂ ਫਿਰ ਅੱਧਾ ਘੰਟਾ ਹੋਰ ਲੰਘ ਗਿਆ, 7:15 ਹੋ ਗਏ, ਮੈਂ ਕਿਹਾ ਲਾਡੀ ਜਾ ਗਿਆ ਕਿੱਥੇ ਆ, ਜਾਮ ਵੀ ਮੈਂ ਕਿਹਾ ਸੜਕ ਵਗਦੀ ਕਿੰਨੀ ਵੀ ਰਾਹ 'ਚ, ਇੱਕ ਦਿਮਾਗ ਵਿਚਾਰੇ ਦਾ ਉਹੋ ਜਿਹਾ ਸੀਗਾ, ਮੈਂ ਕਿਹਾ ਵੀ ਫੇਟ ਫੂਟ ਨਾ ਕੋਈ ਮਾਰ ਜੇ ਅਤੇ ਤੁਸੀਂ ਐਵੇਂ ਦੂਜਾ ਭੇਜਤਾ। ਮੰਮੀ ਕਹਿੰਦੀ ਨਹੀਂ, ਦੱਸ ਕੇ ਗਿਆ ਵੀ ਆ ਜੂਗਾ ਕੋਈ ਨਾ ਅਤੇ ਤੂੰ ਨਹਾ ਲਾ। ਅਤੇ ਫਿਰ ਅੱਧਾ 10-20 ਮਿੰਟ ਲੰਘੇ, ਫਿਰ ਮੰਮੀ ਨੇ ਭਾਪੇ ਨੂੰ ਭੇਜਿਆ। ਜਦੋਂ ਭਾਪੇ ਨੂੰ ਭੇਜਿਆ, ਜਦੋਂ ਅਤੇ ਮੇਰਾ ਭਾਪਾ ਜੋ ਵੇਖ ਕੇ ਆਇਆ, ਉਹਨਾਂ ਭੱਠੇ ਤੋਂ ਲਗਭਗ 5-6 ਕਿੱਲੇ ਪਹਿਲਾਂ ਹੀ ਬਾਜਾ ਮਾਰਨ ਲੱਗਾ, ਲਾਡੀ ਲਾਡੀ। ਜਦੋਂ ਗਿਆ ਅਤੇ ਸਾਡੇ ਵਾਲੀ ਪਈ ਤੋਂ ਸਾਡੀ ਖੇਤ ਜਮ੍ਹਾਂ ਪਈ ਨਾਲ ਸੀਗਾ, ਅਤੇ ਜਦੋਂ ਦੇਖਿਆ ਤਾਂ ਉਹ ਰਾਹ 'ਤੇ ਪਿਆ ਸੀਗਾ, ਅਤੇ ਉਹਨੇ ਹਿਲਾਇਆ ਹਲੂਇਆ ਅਤੇ ਬੋਲਿਆ ਨਹੀਂ। ਭਾਪਾ ਜੋ ਆ ਕੇ ਦੱਸਿਆ, ਹੈਮ ਗਿਆ, ਕਹਿੰਦਾ ਆਹ ਗੱਲ ਹੋ ਗਈ। ਮੈਂ ਕਿਹਾ ਚੱਲ ਮਾੜਾ ਮੋਟਾ ਹੋਊਗਾ ਵੀ ਜਾਣ ਕੇ ਪਿਆ ਹੋਊਗਾ, ਅਤੇ ਤੂੰ ਐਵੇਂ ਕਹੀ ਜਾਂਦਾ। ਜਦੋਂ ਅਸੀਂ ਮੈਂ ਚਾਚੇ ਦੇ ਪੁੱਤ ਨੂੰ ਲੈ ਕੇ ਗਿਆ ਸੀ, ਚਾਚਾ ਗਿਆ ਮੇਰਾ, ਜੋ ਦੇਖਿਆ ਅਤੇ ਉਹ ਸੈਰ ਉਹਦਾ ਪਾਲਿਆ ਪਿਆ ਸੀ, ਉਂਗਲਾਂ ਵੱਢੀਆਂ ਪਈਆਂ ਸੀ, ਖੂਨ ਡੁੱਲਿਆ ਪਿਆ ਸੀ ਅਤੇ ਅੱਖਾਂ ਅੱਡੀਆਂ ਹੋਈਆਂ ਸੀਗੀਆਂ। ਮੈਂ ਫਿਰ ਦੇਖ ਕੇ ਫਿਰ ਫੋਨ ਪਾਣ ਲਾਇਆ ਸੀ ਪਿੰਡ ਦੇ ਨੂੰ, ਫਿਰ ਘੱਟ ਹੋਇਆ। ਕਾਹਦੇ 'ਤੇ ਗਿਆ ਸੀਗਾ ਇਹ? ਇਹ ਤੁਰ ਕੇ ਜਾਂਦਾ ਹੁੰਦਾ ਸੀਗਾ, ਇਹਨੂੰ ਸਾਈਕਲ ਨਹੀਂ ਚਲਾਉਣਾ ਹੁੰਦਾ ਸੀ, ਆਪਦੇ ਖੇਤ ਹੀ ਜਾਂਦਾ ਸੀ, ਦੂਜੇ ਕਿਸੇ ਦੀ ਹੋਰ ਮੋਟਰ 'ਤੇ ਨਹੀਂ ਜਾਂਦਾ ਸੀਗਾ। ਇੱਕ ਨੇ ਕੁਲਦੀਪ ਸਿੰਘ ਨਾਂ ਦਾ ਵਿਅਕਤੀ ਆ, ਕੋਕਰੀ ਬਹਿਣੀਵਾਲ ਦਾ ਰਹਿਣ ਵਾਲਾ। ਜਿਹੜਾ ਇਹਨਾਂ ਦੀ ਜ਼ਮੀਨ ਪੈਂਦੀ ਆ ਉਹ ਭਿੰਡਰ ਕਲਾਂ ਦੇ ਲਾਗੇ ਪੈਂਦੀ ਆ, ਉਹਨਾਂ ਨੰਗਲ ਦੇ। ਇਹ ਆਪਣੀ ਜ਼ਮੀਨ ਦੇ ਵਿੱਚੋਂ ਸ਼ਾਮ ਨੂੰ ਕੋਈ 6 ਵਜੇ ਦੇ ਨੀਅਰ ਅਬਾਊਟ ਗੇੜਾ ਮਾਰ ਕੇ ਵਾਪਸ ਆ ਰਿਹਾ ਸੀਗਾ। ਕਿਸੇ ਅਣਪਛਾਤੇ ਬੰਦਿਆਂ ਵੱਲੋਂ ਤੇਜ਼ ਹਥਿਆਰ ਦੇ ਨਾਲ ਇਹਦਾ ਕਤਲ ਕਰ ਦਿੱਤਾ ਗਿਆ ਹੈ। ਇਸਦੇ ਬਰਖਿਲਾਫ PS ਧਰਮਕੋਟ ਵਿੱਚ ਮੁਕੱਦਮਾ ਦਰਜ ਕਰਕੇ ਨੈਕਸਟ ਇਨਵੈਸਟੀਗੇਸ਼ਨ ਜਾਰੀ ਹੈ। ਕਿੰਨੇ ਜਣੇ ਦੇ ਖਿਲਾਫ ਮਾਮਲਾ ਦਰਜ ਹੋਇਆ ਜੀ? ਇਹ ਅਨਨੋਨ ਪਰਸਨ ਨੇ ਜੀ, ਇਹ ਤਾਂ ਕੋਈ ਬਾਏ ਨੇਮ ਨਹੀਂ ਹੈਗਾ, ਉਹ ਤਾਂ ਦੇਖਾਂਗੇ ਹੁਣ ਵੀ ਜਦੋਂ ਟਰੇਸ ਹੋਊਗਾ ਕਿੰਨੇ ਬੰਦੇ ਨੇ ਡਾਕਟਰ। ਇਹ ਕੰਮ ਕੀ ਕਰਦਾ ਸੀਗਾ ਕੁਲਦੀਪ ਸਿੰਘ? ਇਹ ਬੰਦਾ ਥੋੜ੍ਹਾ ਜਿਹਾ ਮੈਂਟਲੀ ਅਪਸੈਟ ਸੀਗਾ, ਜੋ ਉਹਦੀ ਫੈਮਿਲੀ ਦੱਸਦੀ ਆ, ਅਤੇ ਹੁਣ ਥੋੜ੍ਹਾ ਬਹੁਤਾ ਠੀਕ ਸੀ, ਕੰਮ ਕਾਰ ਕੋਈ ਨਹੀਂ ਕਰਦਾ, ਬਿਲਕੁਲ ਵਿਹਲਾ ਰਹਿੰਦਾ ਸੀਗਾ। ਇਹਦੀ ਉਮਰ 31 ਸਾਲ ਦੀ। ਇਹ ਕਿੱਥੇ ਕਿਤੇ ਸੱਟਾਂ ਵੱਜੀ? ਇਹਦੇ ਸਿਰ ਦੇ ਵਿੱਚ ਸੱਟ ਆ ਜੀ, ਅਤੇ ਹੱਥ ਦੇ ਉੱਪਰ ਸੱਟ। ਕੋਈ ਹਜੇ ਪਹਿਚਾਣ ਨਹੀਂ ਹੋਈ ਕਿਸੇ? ਨਹੀਂ, ਹਜੇ ਕਿਸੇ ਦੀ ਪਹਿਚਾਣ ਨਹੀਂ ਹੋਈ। ਆਲਰੇਡੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ, ਦੇਖਦੇ ਹਾਂ ਥੋੜ੍ਹੀ ਦੇਰ ਬਾਅਦ ਕੋਈ ਅਪਡੇਟ ਮਿਲਦੀ ਹੈ।